ਉਹਨਾਂ ਤੋਂ ਵੱਖਰੇ ਹੋ ਕੇ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹਦੇ ਵਿੱਚ ਅਸੀਂ ਉਹਨਾਂ ਨਾਲੋਂ ਆਪਣੇ ਆਪ ਨੂੰ ਅਲੱਗ ਕਰਕੇ ਜੋ ਉਹਨਾਂ ਦੇ ਵਿੱਚ ਕਮੀਆਂ ਕਮਜ਼ੋਰੀਆਂ ਸੀਗੀਆਂ ਉਹ ਪਰਿਵਾਰ ਵੱਲੋਂ, ਖਾਸ ਕਰਕੇ ਜੋ ਸਾਡੇ ਪ੍ਰਧਾਨ ਸੀ ਬਾਦਲ ਸਾਹਿਬ ਸੁਖਬੀਰ ਬਾਦਲ ਅਤੇ ਮਜੀਠੀਆ, ਉਹਨਾਂ ਦੀਆਂ ਜਾਸਤੀਆਂ ਕਰਕੇ, ਉਹਨਾਂ ਦੀਆਂ ਬੇਵਕੂਫੀਆਂ ਕਰਕੇ ਉਹ ਜਿਹੜਾ ਅਕਾਲੀ ਦਲ ਆ ਉਹ ਬਹੁਤ ਥੱਲੇ ਚਲਿਆ ਗਿਆ ਇਲੈਕਸ਼ਨ ਵਿੱਚ, ਤੁਸੀਂ ਵੇਖਿਆ ਕਿ 14-15 ਸੀਟਾਂ 'ਤੇ ਆ ਗਿਆ। ਸੋ ਅਸੀਂ ਕਿਹਾ ਸੀਗਾ ਕਿ ਅਸੀਂ ਉਸ ਜਿਹੜਾ ਅਕਾਲੀ ਦਲ ਆ ਜਿਹੜਾ ਅੱਜ ਖਤਮ ਹੋ ਗਿਆ, ਉਸ ਅਕਾਲੀ ਦਲ ਨੂੰ ਤਕੜਿਆਂ ਕਰਨ ਵਾਸਤੇ ਲੀਡਰਸ਼ਿਪ ਨੂੰ ਤਬਦੀਲ ਕਰਨ ਵਾਸਤੇ ਅਸੀਂ ਵੱਖਰਾ ਯਤਨ ਜਿਹੜਾ ਕਰਾਂਗੇ। ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਪਾਰਟੀ ਇੱਕ ਨਵੀਂ ਬਣਾ ਰਹੇ ਹਾਂ, ਜਿਹੜੀ ਉਸ ਸ਼੍ਰੋਮਣੀ ਅਕਾਲੀ ਦਲ ਜਿਹਦੇ ਵਿੱਚ ਨਿਗਾਰ ਇੰਨਾ ਵੱਡਾ ਆ ਉਹਨਾਂ ਦੀ ਲੀਡਰਸ਼ਿਪ ਨੂੰ ਤਬਦੀਲ ਕਰਕੇ ਨਵਾਂ ਅਕਾਲੀ ਦਲ ਅਤੇ 1920 ਦੇ ਵਿੱਚ ਜਿਹਨਾਂ ਲੋਕਾਂ ਨੇ ਕੁਰਬਾਨੀਆਂ ਕਰਕੇ ਲਹੂ ਦੇ ਕੇ ਇਹ ਸਾਰਾ ਅਕਾਲੀ ਦਲ ਜਿਹੜਾ ਬਣਾਇਆ ਸੀ, ਉਹਦੇ ਅਸੂਲ ਅਤੇ ਸਿਧਾਂਤ, ਉਹਦਾ ਸੰਵਿਧਾਨ, ਉਹਦਾ ਝੰਡਾ ਬੁਲੰਦ ਰੱਖਣ ਵਾਸਤੇ ਅਸੀਂ ਯਤਨ ਕਰਾਂਗੇ। ਉਹਨਾਂ ਚਿਰ ਤੱਕ ਸਾਡੇ ਯਤਨ ਜਾਰੀ ਰਹਿਣਗੇ।